ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਵੀਰ ਜੀ, ਅਸੀਂ ਨਾ ਉੱਥੋਂ ਦਿੱਲੀ ਤੋਂ ਵਾਪਸ ਆ ਰਹੇ ਸੀਗੇ ਅੱਜ ਜੀ। ਰਸਤੇ ਦੇ ਵਿੱਚ ਹਾਂਸੀ ਦੇ ਕੋਲ, ਇੱਧਰ ਦਿਖਾਊਗਾ ਜੀ, ਇਹਨਾਂ ਨੇ ਪੁਲਿਸ ਨੇ ਹਰਿਆਣਾ ਪੁਲਿਸ ਆਪਣੇ ਜਿਹੜਾ ਜੱਥਾ ਡੱਬ ਵਾਲੀ ਸਾਈਡ ਤੋਂ ਨੈਸ਼ਨਲ ਹਾਈਵੇ ਦੇ ਉੱਤੋਂ ਦੀ ਦਿੱਲੀ ਨੂੰ ਜਾ ਰਿਹਾ ਹੈ, ਉਹਨਾਂ ਸਾਰੇ ਕਿਸਾਨਾਂ ਨੂੰ ਰੋਕਣ ਵਾਸਤੇ ਇਹਨਾਂ ਨੇ ਮਿੱਟੀ ਅੱਗੇ ਪੱਥਰ ਅੱਗੇ ਤੋਂ ਸੜਕ ਪੱਟ ਰਹੇ ਆ ਹਾਂਸੀ ਦੇ ਕੋਲ, ਤਾਂ ਜੋ ਸਾਰੇ ਕਿਸਾਨ ਭਰਾ ਇਹ ਤੋਂ ਬਾਅਦ ਆਉਣਗੇ ਵਾਪਸ ਉਸ ਹਾਲ ਦਾ ਇੰਤਜ਼ਾਮ ਕਰਕੇ ਆਉਣ, ਇਕੱਠੇ ਆਉਣ। ਇੱਥੇ ਇਹ ਹਾਂਸੀ ਦੇ ਕੋਲ ਹੈ, ਹਾਂਸੀ ਦੇ ਕੋਲ ਭਾਦਰਗੜ੍ਹ ਤੋਂ 80 ਕਿਲੋਮੀਟਰ ਪਿੱਛੇ ਆ ਬੋਰਡ ਨੈਸ਼ਨਲ ਹਾਈਵੇ 9 ਤੇ ਵੀ ਹੈ। ਇਹਨਾਂ ਨੇ ਅੱਗੇ ਪੁਲਿਸ ਆ ਪੱਥਰ ਸਿੱਟੀ ਜਾਂਦੀ ਹੈ, ਸੜਕ ਪੱਟੀ ਪਈ ਹੈ, ਮਿੱਟੀ ਪਈ ਹੈ, ਅੱਗੇ ਜੇਸੀਬੀ ਨਾਲ ਸੜਕ ਪੱਟ ਰਹੀ ਹੈ। ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ। ਪੁਲਿਸ ਇੱਕ ਓਪਨ ਜੇਲ ਬਣਾਈ ਬੈਠੀ ਹੈ ਇੱਥੇ, ਜਿਹੜੇ ਵੀ ਵੀਰ ਭਾਈ ਇੱਥੋਂ ਪਿੱਛੋਂ ਆ ਰਹੇ ਆ, ਉਹ ਦੇਖੋ ਜੀ ਅੱਗੇ ਪੁਲਿਸ ਖੜੀ ਹੈ ਜੀ ਇੱਥੇ। ਇਹ ਆਪਣੇ ਜਿਹੜੇ ਪਿੱਛੇ ਕਿਸਾਨ ਵੀਰ ਆ ਰਹੇ ਆ, ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਨੇ ਪੂਰਾ ਇੰਤਜ਼ਾਮ ਕਰਿਆ ਹੋਇਆ। ਅੱਜ ਰਾਤ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ ਟੱਪਣ ਨਹੀਂ ਦੇਣਾ ਦਿੱਲੀ ਵੱਲ ਨੂੰ। ਵੀਰ ਬਣ ਕੇ ਇਹਨੂੰ ਵੱਧ ਤੋਂ ਵੱਧ ਲੋਕਾਂ ਦੇ ਧਿਆਨ 'ਚ ਲਿਆਓ, ਤਾਂ ਜੋ ਆਪਣੇ ਜਿਹੜੇ ਕਿਸਾਨ ਵੀਰ ਹੈ ਉਹ ਦਿੱਲੀ ਜਿਹੜੇ ਨੇ ਪਹੁੰਚਣ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਰਸਤੇ ਦੇ ਵਿੱਚ, ਰਾਤ ਨੂੰ ਟੱਪਣ ਨਹੀਂ ਦੇਣਾ ਇਹਨਾਂ ਨੇ ਕਿਸੇ ਨੂੰ। ਹੁਣ ਇਹ ਬਾਈ ਜੀ ਦਿੱਲੀ ਤੋਂ 100 ਕਿਲੋਮੀਟਰ ਪਿੱਛੇ ਨੈਸ਼ਨਲ ਹਾਈਵੇ 9 ਡੱਬ ਵਾਲੀ ਤੋਂ ਸਰਸਾ ਹਿਸਾਰ ਰੋਡ ਦੇ ਉੱਪਰ ਹੈ ਜੀ। ਇਹਨਾਂ ਨੇ ਜਿਹੜਾ ਆਪਦਾ ਇੰਤਜ਼ਾਮ ਕਰਿਆ ਹੋਇਆ ਬੰਦ ਕਰੀ ਜਾਂਦੀ ਹੈ ਪੁਲਿਸ ਰਸਤੇ ਨੂੰ ਜੀ। ਇਹ ਹੈਗਾ ਜੀ JSM ਇੰਟਰਨੈਸ਼ਨਲ ਸਕੂਲ ਹੈ ਜੀ, ਗੇਟ ਦਿਖਾ ਦਿਓ ਚੰਗੀ ਤਰ੍ਹਾਂ ਸਕੂਲ ਦਾ।